ਭਾਸ਼ਾ ਵਿਭਾਗ ਪੰਜਾਬ ਵੱਲੋਂ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਨੂੰ ਸਾਲ 2011 ਦਾ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਭੇਟਾ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਦੇ ਇੱਥੇ ਸਥਿਤ ਮੁੱਖ ਦਫ਼ਤਰ ਵਿਖੇ ਇੱਕ ਸਾਦੇ ਸਮਾਗਮ 'ਚ ਕਮਲਜੀਤ ਸਿੰਘ ਬਨਵੈਤ ਨੂੰ ਇਹ ਪੁਰਸਕਾਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਪ੍ਰਦਾਨ ਕੀਤਾ। ਇਸ ਪੁਰਸਕਾਰ ਵਿੱਚ 2.5 ਲੱਖ ਰੁਪਏ ਦੇ ਚੈੱਕ ਤੋਂ ਇਲਾਵਾ ਇੱਕ ਸ਼ਾਲ ਮੈਡਲ ਅਤੇ ਪਲੇਕ ਵੀ ਭੇਟਾ ਕੀਤੀ ਗਈ। ਬੜਾ ਅੱਛਾ ਲੱਗ ਰਿਹਾ, ਜਦੋਂ ਕਿਸੇ ਦੀ ਮਿਹਨਤ ਦਾ ਮੁੱਲ ਪੈਂਦਾ ਤਾਂ ਬਹੁਤ ਅੱਛਾ ਲੱਗਦਾ, ਅਤੇ ਕਦੇ ਸੋਚਿਆ ਨਹੀਂ ਸੀਗਾ ਇੰਨੀ ਬੁਲੰਦੀ ਪਹੁੰਚਾਂਗੇ ਇਸ ਵੱਡੇ ਅਵਾਰਡ ਲਈ, ਕਦੇ ਸੋਚਿਆ ਵੀ ਨਹੀਂ ਸੀਗਾ, ਮਿਲਿਆ ਬਹੁਤ ਅੱਛਾ ਲੱਗਾ। ਅਸਲ ਵਿੱਚ ਜਿਹੜੀ ਪੱਤਰਕਾਰੀ ਆ ਨਾ ਉਹ ਥੋੜ੍ਹੀ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਆ, ਅਤੇ ਇਹ ਸਾਡੇ ਹੱਥੇ ਹੁੰਦਾ ਕਿ ਅਸੀਂ ਆਪਣੇ ਜਿਹੜੇ ਆ ਜਿਹੜੀ ਕ੍ਰੈਡੀਬਿਲਟੀ ਉਹ ਕਿਵੇਂ ਬਣਾਉਣੀ ਆ। ਅਤੇ ਮੈਂ ਸਭ ਨੂੰ ਇਹੀ ਸੰਦੇਸ਼ ਦਊਂਗਾ ਕਿ ਜਿਹੜੀ ਸਾਡੀ ਕ੍ਰੈਡੀਬਿਲਟੀ ਆ, ਜਿਹੜੀ ਪੱਤਰਕਾਰੀ ਨੈਤਿਕਤਾ, ਉਹ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਆ। ਅੱਜ ਸਰਦਾਰ ਕਵਲਜੀਤ ਸਿੰਘ ਬਨਵੈਤ ਜੀ, ਜਿਨ੍ਹਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੱਤਰਕਾਰੀ ਦਾ ਅਵਾਰਡ 2011 ਵਿੱਚ ਮਿਲਿਆ ਸੀਗਾ, ਇਹਨਾਂ ਨੇ ਕਾਫੀ ਸਮੇਂ ਤੋਂ ਅਸੀਂ ਇਹਨਾਂ ਨੂੰ ਕਹਿ ਰਹੇ ਸੀ ਵੀ ਲੈਣ ਲਈ, ਪਰ ਅੱਜ ਇਹਨਾਂ ਨੇ 2018 'ਚ ਇਹਨਾਂ ਦੇ ਕੁਛ ਮਜਬੂਰੀਆਂ ਸੀ ਜਿਸ ਕਰਕੇ ਪਹਿਲਾਂ ਲੈ ਨਹੀਂ ਸਕੇ, ਅੱਜ ਇਹ ਸਾਡੇ ਭਾਸ਼ਾ ਵਿਭਾਗ 'ਚ ਲੈਣ ਆਏ ਆ। ਇਸ ਅੱਜ ਦੇ ਸ਼ੁਭ ਮੌਕੇ 'ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ, ਅਤੇ ਇਸ ਤਰ੍ਹਾਂ ਹੀ ਪੱਤਰਕਾਰੀ ਦੇ ਖੇਤਰ ਵਿੱਚ ਤਰੱਕੀ ਕਰਦੇ ਨੇ, ਅਤੇ ਮੇਰੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਆ।